जम्मू कश्मीर विच शहीद होए मनदीप सिंह की मृतक देह अज पहुंची उन्हां दे जद्दी पिंड चट्ठा विच। पूर्ण रस्मां अनुसार विदायगी दित्ती गई। मनदीप सिंह की उम्र 30 साल सी। मनदीप सिंह 3 भरा सन। मनदीप सिंह जट सिख परिवार नाल संबंध रखता सी। मनदीप अपने पिछे 27 साल धर्मपत्नी मनदीप कौर, बजुर्ग माता और 2 नाबालग बच्चे छड़ गया है। एक की उम्र 4 साल दूसरे की 40 दिन है। मनदीप सिंह की अंतिम विदायगी मौके कैप्टन मंत्री तृप्त रजिंदर सिंह बाजवा, हलका फतेहगढ़ चूड़िया MLA बटाला तो MLA लखबीर सिंह लोधी नंगल, आम आदमी पार्टी के फतेहगढ़ चूड़िया तो हलका इंचार्ज बलबीर सिंह पन्नू, डिप्टी कमिश्नर गुरदासपुर मुहम्मद इशफाक, सुच्चा सिंह छोटेपुर सियासी लीडर आदि हाजिर सन। मेरे लिए अज भी जिंदा है, आखिरी समय तक जिंदा रहेगा। 24 सितंबर ਨੂੰ ਗਏ ਸੀ ਉਹ ਛੁੱਟੀ ਕੱਟ ਕੇ ਕਦੇ ਸੋਚਿਆ ਇਸ ਤਰ੍ਹਾਂ ਕਿ ਲਿਫਟ ਵਿੱਚ ਵਾਪਸ ਨਹੀਂ ਆਉਂਦੇ? ਨਹੀਂ, ਕਦੇ ਸੋਚਿਆ ਨਹੀਂ ਸੀ। ਉਹ ਤਾਂ ਆਉਣ ਦੇ ਦਿਨ ਗਿਣਦੇ ਸੀ। ਇੱਕ ਦਿਨ 15 ਦਿਨ ਹੋ ਗਏ ਨੇ, ਅੱਜ 11-17 ਦਿਨ ਹੋ ਗਏ, ਜਿੱਦਣ 13-14 ਦਿਨ ਹੋਏ ਨੇ ਕਹਿੰਦੇ ਨੇ ਛੁੱਟੀ ਆਉਣ 'ਚ 2.5 ਮਹੀਨੇ ਰਹਿ ਗਏ ਨੇ, ਇੱਦਾਂ ਕਹਿੰਦੇ ਹੁੰਦੇ ਸੀ। ਸੰਡੇ ਨੂੰ ਆਖਰੀ ਕਾਲ ਆਈ 1 ਵਜੇ ਦੇ ਕਰੀਬ, ਮੁੜ ਕਾਲ ਨਹੀਂ ਆਈ ਮਨਦੀਪ ਦੀ। ਪਰ ਉਹ ਮੇਰੇ ਲਈ ਅੱਜ ਵੀ ਜਿਉਂਦਾ ਏ, ਅੱਜ ਵੀ ਜਿਉਂਦਾ ਏ। ਕੀ ਮੰਗ ਕਰੋਗੇ ਸਰਕਾਰ ਤੋਂ? ਕੋਈ ਯਾਦਗਾਰ ਬਣਾਈ ਜਾਵੇ ਤਾਂ ਜੋ ਪੂਰੇ ਇਲਾਕਾ ਨਿਵਾਸੀਆਂ ਨੂੰ ਜਿੱਥੇ ਉਹਨਾਂ ਦੀ ਸ਼ਹਾਦਤ ਤੋਂ ਜਾਣੂ ਹੋ ਸਕਣ ਆਉਣ ਵਾਲੀਆਂ ਪੀੜ੍ਹੀਆਂ, ਉੱਥੇ ਉਹ ਪ੍ਰੇਰਣਾ ਦਾ ਸਰੋਤ ਵੀ ਬਣ ਸਕਣ ਦੇਸ਼ ਭਗਤੀ ਦੇ। ਮੇਰੀ ਦੇਸ਼, ਮੇਰੀ ਕੋਈ ਮੰਗ ਨਹੀਂ ਹੈ, ਮੇਰੇ ਬੱਚੇ ਵੀ ਦੇਸ਼ ਦੀ ਰਾਖੀ ਕਰਨਗੇ। ਮੇਰੇ 2 ਬੇਟੇ ਨੇ, ਉਹ ਵੀ ਦੇਸ਼ ਲਈ ਆਪਣੇ ਪਾਪਾ ਵਾਂਗ ਰਾਖੀ ਕਰਨਗੇ ਦੇਸ਼ ਦੀ। ਭੇਜੋਗੇ ਉਹਨਾਂ ਨੂੰ ਵੀ ਆਰਮੀ ਭਰਤੀ ਕਰਾਉਂਗੇ? ਹਾਂਜੀ ਹਾਂਜੀ, ਜ਼ਰੂਰ ਭੇਜਾਂਗੀ ਮੈਂ ਉਹਨਾਂ ਨੂੰ ਵੀ। ਮੇਰੇ ਪੁੱਤ ਘਰ ਰਹਿੰਦੇ, ਪੁੱਤਰੋ ਨਿੱਕੇ ਨਿੱਕੇ ਬੱਚੇ, ਮੈਂ ਕਿਤੇ ਉਹਨਾਂ ਨੂੰ ਹੌਸਲਾ ਨਹੀਂ, ਮੈਨੇ ਜੋਗੀ ਨਹੀਂ ਜੇ, ਮੈਨੇ ਜੋਗੀ ਮੇਰਿਆ ਮਨਦੀਪ, ਮੈਂ ਤੇ ਤੈਨੂੰ ਬੜੇ ਚਾਵਾਂ ਨਾਲ ਕੱਲਿਆ ਸੀ, ਹੁਣ ਮੇਰੇ ਕੋ ਤੂੰ ਕੋਈ ਨਹੀਂ ਮੰਗਿਆ ਪਾਣੀ। ਅੱਜ 3 ਦਿਨ ਪਹਿਲੇ ਜਿਹੜਾ ਜੰਮੂ ਕਸ਼ਮੀਰ ਦੇ ਪੁਲਿਸ ਸੈਕਟਰ ਸੁਰਨਕੋਟ 'ਚ ਇੱਕ ਸਰਚ ਅਭਿਆਨ ਦੇ ਤਹਿਤ ਸਾਡੇ 5 ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਵਿੱਚੋਂ ਨਾਇਕ ਸੰਦੀਪ ਮਨਦੀਪ ਸਿੰਘ, ਨਾਇਕ ਸੂਬੇਦਾਰ ਜਸਵਿੰਦਰ ਸਿੰਘ ਜ਼ਿਲ੍ਹਾ ਕਪੂਰਥਲਾ ਤੋਂ, ਸਿਪਾਹੀ ਗੁੱਜਲ ਸਿੰਘ ਜ਼ਿਲ੍ਹਾ ਰੋਪੜ ਤੋਂ, ਅਤੇ UP ਤੋਂ ਸਿਪਾਹੀ ਸਰਾਜ ਸਿੰਘ, ਅਤੇ ਕੇਰਲਾ ਤੋਂ ਸਿਪਾਹੀ ਵਿਸਾਖਾ 'ਚ ਜਿਹੜਾ ਹੈ ਆਪਣਾ ਬਲੀਦਾਨ ਦੇ ਗਏ। ਅਤੇ ਉਸ ਹਮਲੇ 'ਚ ਸਾਡੇ ਪੰਜਾਬ ਨੇ ਆਪਣੇ 3 ਯੋਧੇ ਕੁਰਬਾਨ ਕਰ ਦਿੱਤੇ। ਅੱਜ ਪਿੰਡ ਚੱਠਾ 'ਚ ਤਿਰੰਗੇ 'ਚ ਲਿਪਟੀ ਹੋਈ ਪਾਰਥਿਵ ਦੇਹ ਜਿਹੜੀ ਹੈ ਮਨਦੀਪ ਦੀ ਪਹੁੰਚ ਰਹੀ ਹੈ। ਸਾਰੇ ਗਾਉਂ 'ਚ, ਸਾਰੇ ਪਿੰਡ 'ਚ ਮਾਤਮ ਪਸ ਰਿਹਾ ਹੈ। ਸਰ, ਸਰਕਾਰ ਕੀ ਕਰ ਰਹੀ ਹੈ ਸ਼ਹੀਦਾਂ ਵਾਸਤੇ, ਉਹਨਾਂ ਦੇ ਪਰਿਵਾਰਾਂ ਵਾਸਤੇ? ਦੇਖੋ, ਮੈਂ ਇਹੋ ਕਹਿਣਾ ਚਾਹਾਂਗਾ ਕਿ ਸ਼ਹਾਦਤ ਨੂੰ ਪੈਸੇ ਦੇ ਪੈਮਾਨੇ ਨਾਲ ਹੀ ਤੋਲਿਆ ਜਾ ਸਕਦਾ। ਅੱਜ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੀ ਮਾਂ ਮਨਜੀਤ ਕੌਰ ਦੀ ਝੋਲੀ 'ਚ ਤੁਸੀਂ ਸਾਰੇ ਜਹਾਂ ਦੀ ਦੌਲਤ ਪਾ ਦਿਓਗੇ ਨਾ, ਉਸਦੇ ਕੋਈ ਮਾਇਨੇ ਨਹੀਂ ਹੈ। ਅੱਜ ਜ਼ਰੂਰਤ ਇਹਨਾਂ ਪਰਿਵਾਰਾਂ ਨੂੰ ਮਾਨ ਸਨਮਾਨ ਦੇਣ ਦੀ, ਲੇਕਿਨ ਸਾਡੇ ਦੇਸ਼ ਦਾ ਦੁਰਭਾਗਿਆ ਹੈ ਅੱਜ ਅੰਤਿਮ ਸੰਸਕਾਰ ਵਾਲੇ ਦਿਨ ਮੇਲਾ ਲੱਗੇਗਾ ਇੱਥੇ, ਭੋਗ ਵਾਲੇ ਦਿਨ ਮੇਲਾ ਲੱਗੇਗਾ, ਲੇਕਿਨ ਆਖਿਰ 'ਚ ਪਰਿਵਾਰ ਫਿਰ ਇਕੱਲਾ ਹੀ ਰਹਿ ਜਾਂਦਾ ਹੈ। ਇਹ ਸਾਡੀ ਸੰਸਥਾ ਨੇ ਪਿਛਲੇ 25 ਵਾਰਾਂ ਤੋਂ ਦੇਖਿਆ। ਸੋ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਪਰਿਵਾਰਾਂ ਦੀ ਬਾਂਹ ਫੜਨ, ਖਾਸ ਕਰਕੇ ਸ਼ਹੀਦ ਦੀ ਯਾਦ 'ਚ ਜਿਹੜਾ ਹੈ ਉਹ ਇੱਕ ਯਾਦਗਾਰ ਗੇਟ ਬਣੇ, ਉਹਦੀ ਯਾਦ 'ਚ ਜਿਹੜਾ ਸਟੇਡੀਅਮ ਬਣੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਦੇ ਨਾਂ 'ਤੇ ਰੱਖਿਆ ਜਾਏ। ਇਹੋ ਮੈਂ ਕਹਿਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇ। ਸਰ, ਅਨਾਊਂਸ ਕਰ ਦਿੰਦੇ ਨੇ ਮਿਨਿਸਟਰ ਆਣ ਕੇ, ਬਾਅਦ ਦੇ ਵਿੱਚ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਥਾਂ ਥਾਂ ਕੇ ਦਫ਼ਤਰਾਂ ਦੇ ਵਿੱਚ ਜਾ ਕੇ ਧੱਕੇ ਖਾਣੇ ਪੈਂਦੇ ਨੇ, ਇਹਨਾਂ ਦਾ ਕੋਈ ਕੰਮ ਨਹੀਂ ਹੁੰਦਾ, ਗੇਟ 'ਤੇ ਗੇਟ ਨਹੀਂ ਇਸ ਤੱਕ ਇਹਨਾਂ ਦੇ ਬਣਦੇ, ਉਹਦੇ 'ਚ ਇੰਨੀਆਂ ਲਗੇਲੀ ਕਿਉਂ ਹੋਣ? ਇਸ 'ਤੇ ਸਰਕਾਰਾਂ ਦੱਸ ਸਕਦੀ ਹੈ, ਮਗਰ ਇੱਦਾਂ ਹੋਣਾ ਨਹੀਂ ਚਾਹੀਦਾ। ਸ਼ਹੀਦਾਂ ਦੇ ਨਾਂ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸਾਡੇ ਤੁਹਾਡੇ ਨੇੜੇ ਪਿੰਡ ਹੀ ਇੱਕ ਦੁਰਜੀਤ ਮੁੰਡਾ ਅਪ੍ਰੈਲ 'ਚ ਸ਼ਹੀਦ ਹੋਇਆ ਸੀ ਗਲੇਸ਼ੀਅਰ, ਸਰਕਾਰ ਨੇ ਵਾਅਦੇ ਕੀਤੇ ਸੀ, ਲੇਕਿਨ ਅੱਜ ਤੱਕ ਉਹਦਾ ਕੋਈ ਯਾਦਗਾਰ ਗੇਟ ਵੀ ਨਹੀਂ ਬਣਿਆ। ਸਰ, ਤੁਸੀਂ ਕੀ ਕਰਦੇ ਤੁਹਾਡੀ ਸੰਸਥਾ? ਅੱਗੇ ਲਾਓ, ਅਸੀਂ ਦੇਖੋ ਸਾਡੀ ਸੰਸਥਾ ਕਿਸੇ ਕੋਲੋਂ ਗ੍ਰਾਂਟ ਨਹੀਂ ਲੈਂਦੀ, ਸਾਡੀ ਸੰਸਥਾ ਸਰਕਾਰ ਨਾਲ ਟੇਕ ਓਵਰ ਕਰਕੇ ਅੱਜ ਤੱਕ 28 ਗੇਟ ਆਪਾਂ ਬਣਾ ਚੁੱਕੇ ਹਾਂ। ਸ਼ਹੀਦਾਂ ਦੇ 50 ਦੇ ਕਰੀਬ ਸ਼ਹੀਦਾਂ ਦੇ ਜਿਹੜੇ ਨਾਂ 'ਤੇ ਸਕੂਲਾਂ ਦੇ ਨਾਮ ਕਰਵਾ ਚੁੱਕੇ ਹਾਂ। ਆਪਾਂ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਰੂਟੀਨ 'ਚ ਤੁਸੀਂ ਇੰਨੀ ਗ੍ਰਾਂਟਾਂ ਵੰਡਦੇ ਹੋ, ਯਾਦਗਾਰ ਗੇਟ ਬਾਣ ਨਾਲ ਮੰਦੀ ਵਾਪਸ ਤਾਂ ਨਹੀਂ ਆਏਗਾ, ਲੇਕਿਨ ਜਿਹੜਾ ਉਸ ਰਸਤੇ ਤੋਂ ਗੁਜ਼ਰੇਗਾ, ਜਿਹੜੀ ਦੇਸ਼ ਦੀ ਜਨਰੇਸ਼ਨ ਹੈ, ਯੂਥ ਹੈ, ਉਹ ਜਿਸ ਸ਼ਹੀਦ ਦਾ ਗੇਟ 'ਤੇ ਜਿਹੜਾ ਨਾਂ ਲਿਖਿਆ ਜਾਏਗਾ ਸ਼ਹੀਦ ਨਾਇਕ ਮਨਦੀਪ ਸਿੰਘ ਯਾਦਗਾਰੀ ਗੇਟ, ਉਹਦੇ ਅੰਦਰ ਕਿੰਨਾ ਜਜ਼ਬਾ ਜਿਹੜਾ ਪੈਦਾ ਹੋ ਗਿਆ। ਸੋ ਸਰਕਾਰਾਂ ਅੱਗੇ ਅਪੀਲ ਹੈ, ਕਰ ਵੀ ਰਹੀਆਂ ਸਰਕਾਰਾਂ, ਜਿਵੇਂ ਕੁਛ ਹੱਦ ਤੱਕ ਜਿਹੜਾ ਹੈ ਚੀਜ਼ਾਂ ਬਾਰੇ ਪੂਰੇ ਹੋਣ, ਲੇਕਿਨ ਮੇਰੀ ਸਰਕਾਰਾਂ ਅੱਗੇ ਅਪੀਲ ਹੈ ਕਿ ਸ਼ਹੀਦਾਂ ਦੀ ਯਾਦ 'ਚ ਜਿਹੜੇ ਆ ਉਹ ਵਾਅਦੇ ਪੂਰੇ ਕਰਨੇ ਚਾਹੀਦੇ, ਉਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ, ਕਿਉਂਕਿ ਸ਼ਹੀਦ ਕੁਛ ਨਹੀਂ ਮੰਗਦਾ। ਉਹ ਤਾਂ ਚਲਾ ਗਿਆ ਦੇਸ਼ ਵਾਸੀਆਂ ਨੂੰ ਸੰਦੇਸ਼ ਦੇਕਰ ਕਿ ਵਤਨ ਕੋ ਫਿਰ ਸੇ ਗਿਰਵੀ ਮਤ ਰੱਖ ਦੇਣਾ ਐ ਵਤਨ ਵਾਲੋ, ਸ਼ਹੀਦੋਂ ਨੇ ਬੜੀ ਮੁਸ਼ਕਿਲ ਸੇ ਜੇ ਕਰਜ਼ੇ ਚੁਕਾਏ ਹੈ, ਯੂਹੀ ਨਹੀਂ ਜਗ ਮੰਗਾਏ ਇਸ ਮੰਜ਼ਿਲ ਕੇ ਰਾਸਤੇ, ਲੱਖੋਂ ਦੀਏ ਖੂਨੇ ਸ਼ਹੀਦਾਂ ਸੇ ਆਏ ਹੈ। ਅੱਜ ਦੇਸ਼ ਜਿਸ ਨੀਂਹ 'ਤੇ ਖੜਾ ਹੈ, ਉਸ ਨੀਂਹ ਦੀ ਇੱਕ ਇੱਕ ਇੱਟ ਇਹਨਾਂ ਸ਼ਹੀਦਾਂ ਦੇ ਖੂਨ 'ਤੇ ਭੱਜੀ ਹੋਈ ਹੈ। ਅਗਰ ਦੇਸ਼ ਦੀ ਨੀਂਹ ਮਜ਼ਬੂਤ ਹੋਏਗੀ
तो देश मजबूत होएगा। अगर नीम खोखली होएगी तो देश जरा ज्यादा से टिक नहीं सकेगा। ये समाज में सरकारों को सोचना चाहिए। सर जमें अच्छ पिंड चट्ठा के आए जी, इतने भी अच्छ फिर अनाउंस होना इतने मिनिस्टर आ रहे हैं, बाद जे मनदीप के परिवार को नहीं कोई इंसाफ मिलता फिर बाद फिर दोबारा आओ। देखो जी मैं जिम्मे पहले दसा कि भोग वाले दिन तो संस्कार वाले दिन पब्लिक आती है, लेकिन साड़ी शहीद सैनिक परिवार सुरक्षा परिषद जो हर अपना त्यौहार चाहे रखड़ी होए दिवाली होए होर इन्होंने परिवार मिलकर मनाती है, क्योंकि इन्होंने तो अपने चले गए लेकिन इन्हों अपने एहसास कराने दिन त्यौहार वाले दिन आके भी बेशक तुम अपने घर के चिराग देश की बली बेदी तो कुर्बान कर दते, लेकिन कोई त्यौहार जरा तुहाड़ी शहादत लाडलों की शहादत की गरिमा को बहाल रख रहा है। सो आप वादे मैं पता है बाजवा साहब बाजवा जी आए हैं, इन्होंने गेट बनवाए हैं, वादे पूरे करते हैं, सू पूरी उम्मीद है कि जो अब अनाउंसमेंट सरकार वालों होगी जरूर पूरी होगी। सू पूरी उम्मीद है साडा कहण दा इह मकसद है कि जिवें किसे नूं नहीं मारदे नहीं होगा, बिल्कुल बिल्कुल बाह फड़ के आप पूरा जोर लावांगे, उसकी याद में हमेशा जिंदा रखांगे, वो चीज़ा कोई भी नहीं है।